ਪਛਮਿਆ ਬਣਾਉਣਾ ਕੀ ਹੈ, ਬੜੇ ਦਿਨ ਹੋਏ ਸੀ ਆਲੂ ਦੀਆਂ ਟਿੱਕੀਆਂ ਨਹੀਂ ਸੀ ਖਾਧੀਆਂ ਤੇ ਅੱਜ ਮੈਂ ਕਿਹਾ ਜਿਹੜਾ ਨਾ ਆਲੂ ਦੀਆਂ ਟਿੱਕੀਆਂ ਬਣਾ ਕੇ ਖਾਈਏ। ਉਹ ਸਾਹਿਬ ਜੀ ਤੁਹਾਡੇ ਹੱਥ ਦੀਆਂ ਟਿੱਕੀਆਂ ਤੇ ਮੈਂ ਕਿੰਨਾ ਕਮਾਲ ਦੀਆਂ ਹੁੰਦੀਆਂ, ਮੈਂ ਬੜੇ ਸ਼ੌਕ ਨਾਲ ਖਾਂਦਾ ਆ। ਉਹ ਛੰਮਿਆ ਅੱਜ ਜਿਹੜੀਆਂ ਟਿੱਕੀਆਂ ਨਾ ਉਹ ਸਾਦਾ ਤੇ ਆਪਾਂ ਬਣਾਵਾਂਗੇ, ਲੇਕਿਨ ਅੱਜ ਤੈਨੂੰ ਮੈਂ ਜਿਹੜਾ ਨਾ ਚੀਜ਼ ਵਾਲੀਆਂ ਵੀ ਨਾਲ ਖਵਾਵਾਂਗਾ। ਉਹ ਸਾਹਿਬ ਜੀ ਫਿਰ ਤਾਂ ਮਜ਼ਾ ਹੀ ਆ ਜਾਏਗਾ, ਕਮਾਲ ਹੋ ਜਾਏਗਾ। ਮੈਂ ਕਿਹਾ ਮਜ਼ਾ ਆ ਜਾਏਗਾ। ਲੈ ਛੰਮਿਆ ਜਿਹੜਾ ਨਾ ਹੁਣ ਆਰਾਮ ਨਾਲ ਸਕੂਨ ਨਾਲ ਬੋਲੀ ਨਾ, ਤੇ ਮੈਂ ਜਿਹੜਾ ਨਾ ਆਪਣੇ ਵਿਊਰਸ ਨਾਲ ਵੀ ਇਹ ਰੈਸਪੀ ਸ਼ੇਅਰ ਕਰਨੀ ਹੈ, ਤਾਂ ਮੈਨੂੰ ਹੁਣ ਜਿਹੜਾ ਨਾ ਇਹ ਰੈਸਪੀ ਬਣਾਉਣ ਦੇ। ਆਊਜ਼ ਬਿੱਲਾਹ ਮਿਨ ਸ਼ੈਤਾਨ ਰਜੀਮ, ਬਿਸਮਿਲ੍ਲਾਹਿ ਰਹਿਮਾਨ ਰਹੀਮ। ਅਸਲਾਮ ਅਲੈਕਮ, ਕੀ ਹਾਲ ਚਾਲ ਨੇ, ਠੀਕ ਠਾਕ ਹੋ, ਸਭ ਵਧੀਆ? ਅੱਜ ਅਸੀਂ ਤੁਹਾਡੇ ਲਈ ਬਣਾਉਣ ਜਾ ਰਹੇ ਹਾਂ ਆਲੂ ਦੀਆਂ ਟਿੱਕੀਆਂ, ਸਾਦਾ ਅਤੇ ਚੀਜ਼ ਵਾਲੀਆਂ। ਲਓ ਜੀ ਆਪਣੀ ਰੈਸਪੀ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਸਾਡੇ ਕੋਲ ਜਿਹੜਾ ਨਾ ਇਹ 6 ਆਲੂ ਨੇ, ਦਰਮਿਆਨੇ ਸਾਈਜ਼ ਦੇ, ਇਹ ਉਬਲੇ ਹੋਏ ਨੇ, ਅਤੇ ਇਹਨਾਂ ਨੂੰ ਅਸੀਂ ਹੁਣ ਜਿਹੜਾ ਇਹਦੇ ਨਾਲ ਨਾ ਪੀਸ ਲੈਂਦੇ ਹਾਂ, ਥੋੜ੍ਹਾ ਇਹਨੂੰ ਬਰੀਕ ਕਰ ਲੈਂਦੇ ਹਾਂ ਬਿਲਕੁਲ। ਇਹ ਤੁਸੀਂ ਦੇਖ ਰਹੇ ਹੋ, ਟੀਸਪੂਨ ਅਸੀਂ ਇਹਦੇ ਵਿੱਚ ਨਮਕ ਦੇ ਪਾਵਾਂਗੇ, ਇੱਕ ਟੀਸਪੂਨ ਇਹਦੇ ਵਿੱਚ ਅਸੀਂ ਲਾਲ ਮਿਰਚ ਦਾ ਪਾਇਆ ਹੈ, ਇਹ ਹੁਣ 1 ਟੀਸਪੂਨ ਕਾਲੀ ਮਿਰਚ ਦਾ ਹੈ। ਜ਼ੀਰਾ ਇਹਦੇ ਵਿੱਚ ਪਾਵਾਂਗੇ 1 ਟੀਸਪੂਨ, ਸੁੱਕਾ ਧਨੀਆ ਇਹਦੇ ਵਿੱਚ ਪਾਵਾਂਗੇ 1 ਟੀਸਪੂਨ, ਗਾਰਲਿਕ ਪਾਊਡਰ ਇਹਦੇ ਵਿੱਚ ਪਾਵਾਂਗੇ 1/2 ਟੀਸਪੂਨ, ਔਰ ਅਜਵਾਇਣ ਇਹਦੇ ਵਿੱਚ ਪਾਵਾਂਗੇ 1/4 ਟੀਸਪੂਨ। ਹੁਣ ਇਹਦੇ ਵਿੱਚ ਅਸੀਂ ਸ਼ਾਮਿਲ ਕਰਾਂਗੇ 1 ਟੇਬਲ ਸਪੂਨ ਜਿਹੜਾ ਪੁਦੀਨੇ ਦਾ, ਹੁਣ ਇਹਦੇ ਵਿੱਚ ਅਸੀਂ ਸ਼ਾਮਿਲ ਕਰਾਂਗੇ 1 ਟੇਬਲ ਸਪੂਨ ਧਨੀਏ ਦਾ, ਹਰੇ ਧਨੀਏ ਦਾ, ਹੁਣ ਇਹਦੇ ਵਿੱਚ ਅਸੀਂ ਸ਼ਾਮਿਲ ਕਰਾਂਗੇ 2 ਮੀਡੀਅਮ ਸਾਈਜ਼ ਦੀਆਂ ਜਿਹੜੀਆਂ ਹਰੀਆਂ ਮਿਰਚਾਂ ਆ, ਉਹ ਅਸੀਂ ਬਰੀਕ ਬਰੀਕ ਕੱਟੀਆਂ ਹੋਈਆਂ, ਹੁਣ ਅਸੀਂ ਇਹਨੂੰ ਜਿਹੜਾ ਅੱਛੀ ਤਰ੍ਹਾਂ ਮਿਕਸ ਕਰਾਂਗੇ। ਸਾਰੇ ਇਨਗਰੀਡੀਅੰਟਸ ਅਸੀਂ ਇਹਦੇ 'ਚ ਪਾ ਦਿੱਤੇ ਆ, ਅਤੇ ਹੁਣ ਅਸੀਂ ਇਹਨੂੰ ਨਾ ਜਿਹੜਾ ਅੱਛੀ ਤਰ੍ਹਾਂ ਮਿਕਸ ਕਰਾਂਗੇ। ਲਓ ਅਸੀਂ ਹੁਣ ਇਹਨਾਂ ਨੂੰ ਨਾ ਜਿਹੜਾ ਥੋੜ੍ਹਾ ਟਿੱਕੀਆਂ ਦੀ ਸ਼ੇਪ ਦੇਵਾਂਗੇ ਇਸ ਤਰ੍ਹਾਂ। ਇਹ ਦੇਖੋ ਅਸੀਂ ਹੁਣ ਇਹਨਾਂ ਨੂੰ ਜਿਹੜਾ ਨਾ ਟਿੱਕੀਆਂ ਦੀ ਸ਼ੇਪ ਦੇ ਰਹੇ ਹਾਂ, ਇਸ ਤਰ੍ਹਾਂ ਅਸੀਂ ਇਹਦੀਆਂ ਟਿੱਕੀਆਂ ਬਣਾ ਲਾਂਗੇ। ਅਸੀਂ ਫਿਲਹਾਲ ਜਿਹੜਾ ਸਾਦਾ ਲਈ ਟਿੱਕੀਆਂ ਬਣਾ ਰਹੇ ਹਾਂ, ਸਾਦਾ ਜਿਹੜੇ ਬਣਾਉਣੇ ਆ। ਲਓ ਜੀ ਇਹ ਸਾਦਾ ਜਿਹੜੀਆਂ ਅਸੀਂ ਨਾ ਟਿੱਕੀਆਂ ਉਹ 5 ਪੀਸ ਬਣਾ ਲਏ ਨੇ, ਅਤੇ ਹੁਣ ਅਸੀਂ ਜਿਹੜਾ ਨਾ ਬਣਾਵਾਂਗੇ ਚੀਜ਼ ਵਾਲੀਆਂ, ਉਹ ਕਿਉਂਕਿ ਫਿਲਿੰਗ ਕਰਨੀ ਹੁੰਦੀ ਹੈ, ਅਸੀਂ ਹੁਣ ਉਹ ਬਣਾਵਾਂਗੇ। ਚੀਜ਼ ਵਾਲੀ ਟਿੱਕੀ ਦੇ ਲਈ ਅਸੀਂ ਜਿਹੜਾ ਨਾ ਪਹਿਲੇ ਬਰੀਕ ਜਿਹੜੀ 1 ਲੇਅਰ ਬਣਾਵਾਂਗੇ ਟਿੱਕੀ ਦੀ, ਉਹਦੇ ਉੱਪਰ ਫਿਰ ਅਸੀਂ ਮਜ਼ਰੋਲਾ ਚੀਜ਼ ਜਿਹੜੀ ਹੈ ਨਾ ਉਹ ਐਡ ਕਰਾਂਗੇ ਇਸ ਤਰ੍ਹਾਂ। ਇਹ ਤੁਸੀਂ ਦੇਖ ਰਹੇ ਹੋ, ਹੁਣ ਅਸੀਂ ਇਹਦੇ ਉੱਪਰ ਜਿਹੜਾ ਨਾ ਦੂਸਰੀ ਟਿੱਕੀ ਜਿਹੜੀ ਉਹ ਰੱਖਾਂਗੇ, ਔਰ ਇਹਨੂੰ ਇਸ ਤਰ੍ਹਾਂ ਹਲਕਾ ਹਲਕਾ ਪ੍ਰੈਸ ਕਰ ਦਿਆਂਗੇ। ਇਹ ਤੁਸੀਂ ਦੇਖ ਰਹੇ ਹੋ, ਇਸ ਤਰ੍ਹਾਂ ਅਸੀਂ ਇਹਨੂੰ ਜਿਹੜਾ ਸ਼ੇਪ ਦੇ ਦਿਆਂਗੇ। ਇਸ ਤਰ੍ਹਾਂ ਸਾਡੀ ਜਿਹੜੀ ਆ ਉਹ ਚੀਜ਼ ਦੀ ਫਿਲਿੰਗ ਹੋ ਜਾਏਗੀ। ਇਹ ਤੁਸੀਂ ਦੇਖ ਰਹੇ ਹੋ, ਸਾਈਡਾਂ ਤੋਂ ਥੋੜ੍ਹਾ ਥੋੜ੍ਹਾ ਪ੍ਰੈਸ ਕਰ ਦੇਣਾ ਹੈ ਇਹਨੂੰ।
साडी फिलिंग दे नाल जिहड़ी चीज़ है वो तैयार हो गई है। असीं इहनूं इत्थे रख रहे हैं, इस तरह ही असीं जिहड़ियां दूसरियां बनावांगे। चीज़ तुसीं अपने हिसाब नाल कम या ज़्यादा जिन्नी तुसीं मुनासिब समझो खाणी है उन्नी फिलिंग उन्नी कर सकदे आ। हुण असीं जिहड़ा एक आंडा लिया है इहनूं अच्छी तरह फेंटांगे। ए साडे को आंडा है जिहड़ा असीं फेंटिया है, ए साडे को ब्रैड क्रम ने और ए साडे को वाइट फ्लोर है मैदा। हुण असीं इहदे च थोड़ा जिहा पैन च ऑयल ऐड करांगे क्योंकि असीं हुण इहनां नूं जिहड़ा ना तलना है। हुण इह जिहड़ा साडे को लग गया उहदे च असीं जिहड़ा ना चीज़ वाली जिहड़ी साडे कोल टिक्की है असीं इहनूं डिप कर रहे हैं। हुण असीं इहनूं जिहड़ा मैदे च थोड़ा जिहा कल्टी करांगे इस तरह। हुण असीं फिर जिहड़ा इहनूं अंडे च डिप करांगे। हुण असीं जिहड़ा इहनूं क्रम दे कोटिंग करांगे इस तरह। ਹੁਣ ਅਸੀਂ ਜਿਹੜਾ ਇਹਨੂੰ ਪੈਨ ਦੇ ਵਿੱਚ ਇਸ ਤਰ੍ਹਾਂ ਫਰਾਈ ਲਈ ਰੱਖ ਦਿਆਂਗੇ। ਇਸੇ ਤਰੀਕੇ ਨਾਲ ਜੀ ਜਿਹੜਾ ਨਾ ਅਸੀਂ ਸਾਰੀਆਂ ਸਾਡੀਆਂ ਜਿਹੜੀਆਂ ਚੀਜ਼ ਵਾਲੀਆਂ ਟਿੱਕੀਆਂ ਨਾ ਉਹਨਾਂ ਨੂੰ ਅਸੀਂ ਇਸੇ ਤਰੀਕੇ ਨਾਲ ਜਿਹੜਾ ਅਸੀਂ ਉਹਨੂੰ ਤਲ ਲਵਾਂਗੇ। ਅੱਗ ਨੂੰ ਬਿਲਕੁਲ ਹਲਕੀ ਰੱਖਣਾ ਆ ਤੁਸੀਂ ਤਾਂ ਕਿ ਆਰਾਮ ਆਰਾਮ ਨਾਲ ਪੱਕੇ, ਜਲੇ ਨਹੀਂ ਕਿਉਂਕਿ ਕ੍ਰਮ ਜਿਹੜਾ ਬਹੁਤ ਜਲਦੀ ਜਿਹੜਾ ਉਹ ਜਲ ਜਾਂਦਾ ਹੈ, ਇਸ ਲਈ ਅੱਗ ਬਿਲਕੁਲ ਮੱਠੀ ਰੱਖਣੀ ਹੈ। ਹੁਣ ਅਸੀਂ ਜਿਹੜਾ ਨਾ ਇਹਦੀ ਸਾਈਡ ਚੇਂਜ ਕਰਾਂਗੇ ਇਸ ਤਰ੍ਹਾਂ। ਇਹ ਦੇਖੋ ਦੇਖੋ ਕਿੱਡਾ ਜ਼ਬਰਦਸਤ ਬਰਾਊਨ ਇਹਦੀ ਟੈਕਸਚਰ ਆ ਗਈ ਹੈ ਸਾਡੇ ਕੋਲ, ਕਿੱਡਾ ਜ਼ਬਰਦਸਤ ਲੱਗ ਰਿਹਾ ਇਹ ਤੁਸੀਂ ਦੇਖ ਰਹੇ ਹੋ। ਹੁਣ ਦੂਸਰੀ ਸਾਈਡ ਨੂੰ ਵੀ ਅਸੀਂ ਇੰਨਾ ਹੀ ਜਿਹੜਾ ਉਹ ਤਲ ਲਾਂਗੇ। ਦੋਨੋਂ ਸਾਈਡਾਂ ਦਾ ਟੈਕਸਚਰ ਜਦੋਂ ਤੁਸੀਂ ਤਲਣਾ ਹੈ ਇਸ ਤਰ੍ਹਾਂ ਹੋਣਾ ਚਾਹੀਦਾ। ਇਹ ਚੀਜ਼ ਵਾਲੀਆਂ ਜਿਹੜੀਆਂ ਸੀਗੀਆਂ ਸਾਡੀਆਂ ਟਿੱਕੀਆਂ ਅਸੀਂ ਹੁਣ ਉਹਨਾਂ ਨੂੰ ਫਰਾਈ ਕਰ ਰਹੇ ਹਾਂ। ਪ੍ਰੋਸੈਸ ਤੁਹਾਨੂੰ ਦਿਖਾਤਾ ਹੈ, ਉਹਨੂੰ ਫਾਲੋ ਕਰਨਾ ਹੈ ਅਤੇ ਬਹੁਤ ਜ਼ਬਰਦਸਤ ਹੁੰਦੀਆਂ, ਟੇਸਟੀ ਹੁੰਦੀਆਂ, ਮਜ਼ੇਦਾਰ ਹੁੰਦੀਆਂ ਆ। ਹੁਣ ਅਸੀਂ ਜਿਹੜਾ ਨਾ ਸਾਦਾ ਟਿੱਕੀਆਂ ਨੂੰ ਤਲਾਂਗੇ। ਸਾਦਾ ਨੂੰ ਜਿਹੜਾ ਸਿਰਫ ਅੰਡਾ ਲਾ ਕੇ ਅਸੀਂ ਜਿਹੜਾ ਇੱਕ ਨੂੰ ਜਿਹੜਾ ਅੰਡੇ ਦੇ ਨਾਲ ਸਾਦਾ ਸਿਰਫ ਤਲਾਂਗੇ ਔਰ ਇੱਕ ਨੂੰ ਜਿਹੜਾ ਅਸੀਂ ਕ੍ਰਮ ਲਾ ਕੇ ਵੀ ਤਲਾਂਗੇ ਤਾਂ ਕਿ ਦੋਨੋਂ ਟੇਸਟ ਆ ਜਾਣ। ਇਹਨੂੰ ਤੁਸੀਂ ਕ੍ਰਮ ਨਾਲ ਵੀ ਕਰ ਸਕਦੇ ਆ, ਸਾਦਾ ਨਾਲ ਵੀ ਕਰ ਸਕਦੇ, ਲੇਕਿਨ ਜ਼ਿਆਦਾਤਰ ਲੋਕ ਜਿਹੜੇ ਸਾਦਾ ਹੈ ਉਹਨੂੰ ਪਿੰਡਾਂ ਥਾਵਾਂ 'ਚ ਸ਼ਹਿਰਾਂ 'ਚ ਜਿਹੜਾ ਉਹ ਸਿਰਫ ਆਂਡੇ 'ਚ ਜਿਹੜਾ ਨਾ ਡਿਪ ਕਰਕੇ ਅਤੇ ਤਲਦੇ ਨੇ। ਇਹ ਅਸੀਂ ਹੁਣ ਇੱਕ ਜਿਹੜੀ ਆ ਉਹ ਅੰਡੇ ਔਰ ਕ੍ਰਮ ਦੇ ਨਾਲ ਇਹਦੇ 'ਚ ਤਲ ਰਹੇ ਹਾਂ। ਲਓ ਜੀ ਆਪਣੀਆਂ ਜਿਹੜੀਆਂ ਨਾ ਆਲੂ ਦੀਆਂ ਚੀਜ਼ ਵਾਲੀਆਂ ਟਿੱਕੀਆਂ ਉਹ ਤਿਆਰ ਨੇ। ਇਹ ਤੁਸੀਂ ਦੇਖ ਰਹੇ ਹੋ ਇਹ ਆਲੂ ਦੀਆਂ ਟਿੱਕੀਆਂ ਜਿਹੜੀਆਂ ਚੀਜ਼ ਵਾਲੀਆਂ ਬਿਲਕੁਲ ਤਿਆਰ ਨੇ। ਤੁਸੀਂ ਦੇਖ ਰਹੇ ਕਿੱਡਾ ਜ਼ਬਰਦਸਤ ਟੈਕਸਚਰ ਹੈ। ਲਓ ਅਸੀਂ ਹੁਣ ਜਿਹੜਾ ਨਾ ਇੱਕ ਤੁਹਾਨੂੰ ਤੋੜ ਕੇ ਵੀ ਚੈੱਕ ਕਰਾਉਂਦੇ ਹਾਂ ਕਿ ਚੀਜ਼ ਦਾ ਟੈਕਸਚਰ ਕਿਹੋ ਜਿਹਾ। ਇਹ ਦੇਖ ਰਹੇ ਤੁਸੀਂ, ਇਹ ਮੈਂ ਕਹਿੰਦਾ ਕਮਾਲ ਹੋ ਜਾਏਗਾ ਜਦੋਂ ਤੁਸੀਂ ਬਣਾਓਗੇ, ਮਜ਼ਾ ਆ ਜਾਏਗਾ। ਇਹ ਦੇਖ ਰਹੇ ਹੋ ਟਿੱਕੀਆਂ, ਆਲੂ ਦੀਆਂ ਟਿੱਕੀਆਂ ਸਾਦਾ ਜਿਹੜੀਆਂ ਸੀ ਉਹ ਤਿਆਰ ਨੇ। ਇਹਦੇ 'ਚ ਦੋ ਨੂੰ ਅਸੀਂ ਜਿਹੜਾ ਉਹ ਅੰਡੇ ਨਾਲ ਸਿਰਫ ਤਲਿਆ ਆ ਔਰ ਦੋ ਨੂੰ ਜਿਹੜਾ ਅਸੀਂ ਕ੍ਰਮ ਲਾ ਕੇ ਤਲਿਆ। ਇਹ ਤੁਸੀਂ ਦੇਖ ਸਕਦੇ ਹੋ। ਮੈਨੂੰ ਉਮੀਦ ਆ ਕਿ ਤੁਹਾਨੂੰ ਇਹ ਰੈਸਪੀ ਪਸੰਦ ਆਏਗੀ, ਆਲੂ ਦੀ ਟਿੱਕੀ ਚੀਜ਼ ਵਾਲੀ ਔਰ ਆਲੂ ਦੀ ਟਿੱਕੀ ਸਾਦਾ। ਲਓ ਜੀ ਲਾਈਕ ਕਰਨਾ, ਸ਼ੇਅਰ ਕਰਨਾ ਅਤੇ ਸਬਸਕ੍ਰਾਈਬ ਕਰਨਾ ਅਤੇ ਘੰਟੀ ਦੇ ਬਟਨ ਨਾ ਜਿਹੜਾ ਉਹ ਲਾਜ਼ਮੀ ਦਬਾਉਣਾ। ਲਓ ਜੀ ਛੰਮੇ ਨੇ ਹੁਣ ਜਿਹੜਾ ਤੁਹਾਨੂੰ ਦੱਸਤਾ ਆ ਵੀ ਲਾਈਕ ਕਰਨਾ, ਸ਼ੇਅਰ ਕਰਨਾ ਔਰ ਸਬਸਕ੍ਰਾਈਬ ਕਰਨਾ ਔਰ ਘੰਟੀ ਦੇ ਬਟਨ ਨੂੰ ਲਾਜ਼ਮੀ ਦਬਾਉਣਾ। ਅਤੇ ਲਓ ਫਿਰ ਹੁਣ ਰੱਬ ਰਾਖਾ।